ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਕਿਵੇਂ ਹੋ ਮੇਰੀ ਪਿਆਰੀ ਜੀ ਯੂਟਿਊਬ ਫੈਮਿਲੀ? ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ, ਆਪਣੇ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਅਤੇ ਖੁਸ਼ਹਾਲ ਹੋਵੋਗੇ। ਵਾਹਿਗੁਰੂ ਤੁਹਾਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਮੈਂ ਵੀ ਠੀਕ ਠਾਕ ਹਾਂ। ਇਹ ਜਿਹੜੀਆਂ ਆਪਾਂ ਸਵੇਰ ਦੀਆਂ ਕੱਟੀਆਂ ਹੋਈਆਂ ਭਿੰਡੀਆਂ ਸੀ, ਸ਼ਾਮ ਨੂੰ ਆਪਾਂ ਬਣਾਉਂਦੇ ਹਾਂ 5 ਵਜੇ, ਅਤੇ ਬਹੁਤ ਸੌਖੇ ਤਰੀਕੇ ਨਾਲ ਤੇਲ 'ਚ ਭੁੰਨ ਕੇ ਉਸ ਤੋਂ ਬਾਅਦ ਆਪਾਂ ਲੂਣ ਮਿਰਚ ਮਸਾਲਾ ਜੋ ਵੀ ਪਾਉਣਾ, ਇਹਦੇ ਨਾਲ ਲਾਰਾਂ ਨਹੀਂ ਛੱਡਦੀਆਂ, ਬਹੁਤ ਹੀ ਜ਼ਿਆਦਾ ਟੇਸਟੀ ਬਣਦੀਆਂ ਵਾ। ਤੁਸੀਂ ਸਾਰੇ ਜਣੇ ਜ਼ਰੂਰ ਟਰਾਈ ਕਰਕੇ ਦੇਖੋ। ਮੈਂ ਤਾਂ ਜ਼ਿਆਦਾਤਰ ਇਵੇਂ ਹੀ ਬਣਾਉਂਦੀ ਹਾਂ, ਮੈਂ ਪਹਿਲਾਂ ਤੜਕਾ ਨਹੀਂ ਲਗਾਉਂਦੀ, ਪਹਿਲਾਂ ਸਾਰਾ ਕੁਝ ਮਤਲਬ ਭੁੰਨਦੀ ਹਾਂ ਤੇਲ ਦੇ ਵਿੱਚ। ਪਹਿਲਾਂ ਦੱਸੋ ਕਿੱਥੇ ਚੱਲੇ ਜਾਓ? ਵਾਹਿਗੁਰੂ ਕਰਨੀ ਚੱਲੇ, ਛੱਤ ਨਾ ਵਾਹਿਗੁਰੂ। ਸਿਕੰਦਰ ਇੱਧਰ ਨੂੰ ਬੁੱਗਾ ਕਰ, ਕਿੱਥੇ ਚੱਲਿਆ? ਇੱਧਰ ਆਓ, ਵੀਡੀਓ ਬਣਨੀ। ਪੈਸਾ ਜਾਣੇ 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 ਜਾਣੇ, ਕਿੰਨੀ ਗਰਮੀ ਆ ਜਾਣੇ। ਗਿਆ ਗਿਆ ਆਂਦਾ ਆਂਦਾ ਗਿਆ, ਪਾਪਾ ਗਿਆ ਕਿੱਥੇ? ਗਿਆ ਨੌਵੇਂ ਮਗਰ ਭਜਾਉਣ ਦਿਆ। ਮੋਟਰਸਾਈਕਲ ਸਿਕੰਦਰ ਇੱਧਰ, ਹੈਲੋ ਕਰ ਦੇ, ਬਾਏ ਬਾਏ ਬਾਏ। ਡਿੱਗ ਚੱਲਿਆ ਸਿਕੰਦਰ, ਡਿੱਗ ਚੱਲਿਆ ਜਾਣੇ ਜਾਣੇ। ਇੱਟ ਰੱਖ ਹੋਣੀ ਸੀ ਸਭ ਗਾੜੀ। ਘਰੇ ਰਹਿਣਾ ਤੂੰ, ਬਾਏ ਕਰ ਦੇ ਫਿਰ। ਉੱਤਰ ਜਾਓ ਫਿਰ, ਉੱਤਰ ਕੇ ਜਾਓ, ਉੱਤਰ ਜਾਓ, ਉੱਤਰ ਜਾਓ। ਚਲੋ ਗਾੜੀ ਮੋਟਰ ਕਰੋ।
ਘੱਟ ਗਈ ਨਾ ਭੀੜ ਹੁਣ, ਸ਼ਾਮਾਂ ਦਾ ਟਾਈਮ ਆ। ਆਹੋ ਦੁਕਾਨਾਂ ਥੱਲੇ ਉੱਪਰ ਨਹੀਂ ਰੱਖਿਆ। ਆਹੋ ਉੱਧਰ ਕਬੱਡੀ ਹੁੰਦੀ। ਕੀ ਕਹਿੰਦਾ? ਕਿੱਦਾਂ ਮੋਟਰ ਸਾਈਕਲ ਅੰਦਰ ਲੈ ਗਿਆ? ਕਹਿੰਦਾ ਮੈਂ ਵੀ ਡੋਲੇ। ਆਹੋ ਉਹ ਅੰਦਰ ਲੈ ਗਿਆ ਚੱਲ ਡੋਲੇ ਉੱਥੇ ਹੀ। ਚਲੋ ਤੁਸੀਂ ਬਾਬੇ ਦੇ ਮੱਥਾ ਟੇਕੋ। ਸਿਕੰਦਰ ਬੋਲ ਸਤਨਾਮ। ਮਾਰਨਾ ਉਹਨੂੰ ਫੜ ਕੇ ਲਿਆਉਣ ਦਿੰਦਾ। ਆ ਗਿਆ ਸੁਲਤਾਨ ਇੱਥੇ ਹੱਥ ਜੋੜ ਸਤਨਾਮ। ਮੇਰਾ ਪੋਤਾ ਵੀ ਬੜਾ ਸੋਹਣਾ ਹੁੰਦਾ। ਸਤਨਾਮ ਵਾਹਿਗੁਰੂ। ਚੱਲੀਏ ਇਹਨਾਂ ਬਹਿਣ ਥੋੜਾ ਦੇਣਾ ਹੁੰਦਾ ਆਪਾਂ ਨੂੰ। ਲਓ ਜੀ ਸ਼ਾਮ ਦਾ ਟਾਈਮ ਹੈ 7 ਵਜੇ ਦਾ ਅਤੇ ਆਪਾਂ ਸਬਜ਼ੀ ਬਣਾ ਕੇ ਤਿਆਰ ਹੋ ਕੇ ਅਤੇ ਮੇਲਾ ਦੇਖਣ ਚਲੇ ਗਏ ਸੀ। ਅਤੇ ਗਏ ਸੀ ਅਸੀਂ 5 ਕੁ ਵਜੇ ਗਏ ਸੀ, ਸਾਡੇ ਕੋਲ 5 ਵਜੇ ਲੇਟ ਹੀ ਗਏ ਸੀ। ਘੰਟੇ ਦੇ ਅੰਦਰ ਆ ਗਏ ਸੀ ਪ੍ਰਸ਼ਾਦਾ ਛਾ ਕੇ, ਅਤੇ ਬੱਚਿਆਂ ਨੇ ਲਿਆਂਦੀਆਂ ਸੀ ਬੰਦੂਕਾਂ। ਅਤੇ ਇਹ ਆਪਾਂ ਜਿੱਥੋਂ ਕੱਲ੍ਹ ਵਲੋਗ ਦਾ ਐਂਡ ਕੀਤਾ ਸੀ ਉੱਥੋਂ ਹੀ ਆਪਣੇ ਵਲੋਗ ਦੀ ਸ਼ੁਰੂਆਤ ਕਰ ਲਈ ਸੀ। ਅਤੇ
ਸੋ ਇੱਥੇ ਆਉਂਦਿਆਂ ਸਰਦਾਰ ਜੀ ਲੱਗ ਪਏ ਸੀ ਆਪਣੀਆਂ ਕੰਧਾਂ ਦੀ ਤਰਾਈ ਕਰਨ, ਅਤੇ ਇਹਨਾਂ ਨੂੰ ਮੈਂ ਤੁਹਾਨੂੰ ਦੱਸਿਆ ਕਿ ਫ੍ਰੀ ਟਾਈਮ 'ਚ ਵਿਹਲੇ ਨਹੀਂ ਬੈਠਦੇ, ਅਤੇ ਜਿਸ ਤਰ੍ਹਾਂ ਮੈਂ ਭਿੰਡੀਆਂ ਦੀ ਸਬਜ਼ੀ ਤੁਹਾਨੂੰ ਬਣਾਉਣੀ ਦੱਸੀ ਹੈ ਨਾ, ਜ਼ਰੂਰ ਟਰਾਈ ਕਰਕੇ ਦੇਖਿਓ। ਇਹਦਾ ਨਾ ਭਿੰਡੀਆਂ ਲਾਰਾ ਨਹੀਂ ਛੱਡਦੀਆਂ, ਬਹੁਤ ਹੀ ਜ਼ਿਆਦਾ ਟੇਸਟੀ ਸਬਜ਼ੀ ਬਣਦੀ ਆ, ਤੁਸੀਂ ਜ਼ਰੂਰ ਟਰਾਈ ਕਰਕੇ ਦੇਖੋ। ਪਹਿਲਾਂ ਮੈਂ ਵੀ ਉਸ ਤਰ੍ਹਾਂ ਹੀ ਬਣਾਉਂਦੀ ਨਹੀਂ ਸੀ, ਪਹਿਲਾਂ ਤੜਕਾ ਲਗਾ ਕੇ ਭੁੰਨ ਲੈਣਾ, ਲੂਣ ਮਿਰਚ ਪਾ ਲੈਣੀ, ਅਤੇ ਇੰਨੀ ਨਾਲ ਨਾ ਭਿੰਡੀਆਂ ਲਾਰਾ ਛੱਡ ਜਾਂਦੀਆਂ ਸੀ। ਬਟ ਮੈਂ ਨਾ ਬਹੁਤ ਦਿਮਾਗ ਲਾ ਲਾ ਕੇ, ਅਤੇ ਚਲੋ ਕਿਸੇ ਨੇ ਦੱਸਿਆ ਵੀ ਆ ਅਤੇ ਆਪਣਾ ਵੀ ਦਿਮਾਗ ਲਗਾਇਆ, ਅਤੇ ਇਸ ਤਰ੍ਹਾਂ ਟਰਾਈ ਕੀਤੀਆਂ, ਅਤੇ ਬਹੁਤ ਜ਼ਿਆਦਾ ਟੇਸਟੀ ਬਣਦੀਆਂ। ਅਤੇ ਲਓ ਜੀ, ਆਪਣੇ ਘਰ ਦਾ ਕੰਮ ਆ ਜਿਹੜਾ ਇੱਥੋਂ ਤੱਕ ਪਹੁੰਚ ਚੁੱਕਿਆ ਵਾ, ਬਸ 10-15 ਦਿਨ ਹੋ ਰਿਹਾ, ਅਤੇ ਅੱਜ ਤੁਹਾਨੂੰ ਗੁਰਦੁਆਰੇ ਦੇ ਵੀ ਦਰਸ਼ਨ ਕਰਵਾ ਦਿੰਦੇ ਹਾਂ, ਕਿਉਂਕਿ ਕਾਫੀ ਦਿਨ ਹੋ ਗਏ ਆ ਵਲੋਗਸ ਦੇ ਵਿੱਚ, ਕਿਸੇ ਵਲੋਗਸ ਦੇ ਵਿੱਚ ਆਪਾਂ ਦਰਸ਼ਨ ਨਹੀਂ ਕਰਾਏ, ਕਿਉਂਕਿ ਇੱਧਰ ਅੱਗੇ ਉੱਡਦੇ ਹੁੰਦੇ ਹਾਂ ਸਵੇਰੇ ਸਵੇਰ, ਅਤੇ ਗੁਰਦੁਆਰਾ ਮੱਥੇ ਲੱਗਦਾ, ਫਿਰ ਵੀਡੀਓ ਸ਼ੂਟ ਕਰ ਲਈਦੀ, ਫਿਰ ਹੁਣ ਉੱਧਰੋਂ ਉੱਠੀਦਾ ਵਾ, ਉੱਧਰ ਹੀ ਉੱਧਰ ਫਿਰ ਚਾਹ ਪਾਣੀ ਬਣਾ ਕੇ ਰੋਟੀ ਪਾਣੀ ਤਿਆਰ ਕਰ ਲਈਦਾ, ਉੱਥੇ ਹੀ ਵੀਡੀਓ ਸ਼ੂਟ ਕਰ ਲਈਦੀ। ਇੱਧਰ ਮੈਂ ਘੱਟ ਹੀ ਆਉਣੀ, ਸ਼ਾਮ ਵੇਲੇ ਹੀ ਆਉਣੀ, ਇਸ ਵੇਲੇ ਜਦੋਂ ਮਿਸਤਰੀ ਚਲੇ ਜਾਂਦੇ ਆ, ਨਾ ਸਵੇਰੇ ਟਾਈਮ ਲੱਗਦਾ ਨਾ ਦੁਪਹਿਰੇ, ਫਿਰ ਤੁਹਾਨੂੰ ਪਤਾ ਮਿਸਤਰੀ ਲੱਗੇ ਹੁੰਦੇ, ਫਿਰ ਔਖਾ ਹੋ ਜਾਂਦਾ ਵਾ, ਅਤੇ ਇਸ ਕਰਕੇ। ਸੋ ਜਿਹੜੇ ਮੇਰੇ ਚੈਨਲ 'ਤੇ ਨਿਊ ਆਏ ਨੇ, ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ, ਅਤੇ ਲਾਈਕ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਆ ਕਰੋ, ਅਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ, ਸਕਿੱਪ ਨਾ ਕਰਿਆ ਕਰੋ, ਅਤੇ ਸੋ ਆਪਣਾ ਵੱਧ ਤੋਂ ਵੱਧ ਸਪੋਰਟ ਦਿਓ, ਪਿਆਰ ਦਿਓ, ਅਤੇ ਇਵੇਂ ਹੀ ਬਣੇ ਰਹੋ ਮੇਰੇ ਨਾਲ। ਸਾਰੇ ਜਣੇ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਮੇਰੇ ਵਲੌਗ ਕਿੱਦਾਂ ਦੇ ਲੱਗਦੇ ਆ, ਅਤੇ ਬਸ ਇਸ ਵੇਲੇ ਮੈਂ ਆਣ ਕੇ ਥੋੜ੍ਹੀ ਜਿਹੀ ਵੀਡੀਓ ਸ਼ੂਟ ਕੀਤੀ, ਅਤੇ ਆਪਾਂ ਭਿੰਡੀਆਂ ਦੀ ਸਬਜ਼ੀ ਬਣਾ ਕੇ ਰੱਖ ਲਈ ਸੀ, ਹੁਣ ਰਾਤ ਨੂੰ 8-9 ਵਜੇ ਰੋਟੀ ਬਣਾ ਕੇ ਅਤੇ ਖਾ ਲਾਂਗੇ। ਅਤੇ ਜਿਹੜਾ ਘਰ ਦਾ ਕੰਮ ਆ, ਕੰਧਾਂ ਦੀ ਚਿਣਾਈ ਤਾਂ ਹੋਣ ਹੀ ਦਈ ਆ, ਮਤਲਬ ਕੰਧਾਂ ਹੋਣ ਦਈਆਂ ਵਾ, ਕਦੀ ਬਾਹਰਲੀਆਂ ਕਰ ਲੈਂਦੇ ਮਿਸਤਰੀ, ਕਦੀ ਅੰਦਰਲੀਆਂ, ਫਿਰ ਕਦੀ ਮਗਰਲੀਆਂ। ਆਲਰੇਡੀ ਮਤਲਬ ਜਿਹੜੀ ਪਰਲੀ ਸਾਈਡ ਵਾਲੀਆਂ ਆਪਣੀਆਂ ਕੰਧਾਂ ਸੀ, ਉਹ ਤਾਂ ਪਹਿਲਾਂ ਹੀ ਰੈਡੀ ਸੀ, ਕਿਉਂਕਿ ਉਹ ਹਲੇ ਪਿਛਲੇ ਸਾਲ ਹੀ ਕਰਵਾਈਆਂ ਸੀ ਅਸੀਂ, ਕੋਈ ਕੰਮ ਸੀ ਬਟ ਬਾਅਦ ਵਿੱਚ ਕੀਤਾ ਨਹੀਂ ਅਸੀਂ, ਅਤੇ ਇਸ ਕਰਕੇ ਉਹ ਤਾਂ ਹੋਈਆਂ ਹੀ ਹੋਈਆਂ ਵਾ, ਅਤੇ ਬਸ ਨੀਹਾਂ ਦਾ ਕੰਮ ਜ਼ਿਆਦਾ ਹੁੰਦਾ, ਉਹ ਤਾਂ ਆਪਣਾ ਹੋ ਗਿਆ, ਅਤੇ ਹੁਣ ਕੰਧਾਂ ਦਾ ਵਾ, ਬਸ ਸਿਲੰਡਰ ਤੱਕ ਪਹੁੰਚ ਹੀ ਜਾਣਾ 10 ਦਿਨਾਂ ਦੇ ਅੰਦਰ ਅੰਦਰ। ਸੋ ਤੁਹਾਡੇ ਸਾਰਿਆਂ ਦੇ ਪਿਆਰ ਅਤੇ ਸਪੋਰਟ ਦੇ ਨਾਲ ਮੇਰਾ ਜਿਹੜਾ ਚੈਨਲ ਉਹ ਵੀ ਮੋਨੀਟਾਈਜ਼ ਹੋਣ ਵਾਲਾ, ਅਤੇ ਇੱਦਾਂ ਹੀ ਆਪਣਾ ਪਿਆਰ ਬਣਾ ਕੇ ਰੱਖਿਓ ਸਾਰੇ ਜਾਣੇ, ਅਤੇ ਇੱਦਾਂ ਹੀ ਆਪਣੀ ਸਪੋਰਟ ਕਰਦੇ ਰਹੋ, ਅਤੇ ਜਿਹੜੇ ਚੈਨਲ ਦੇ ਨਿਊ ਆਉਂਦੇ ਹੁੰਦੇ ਨੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ। ਅਤੇ ਸਿਕੰਦਰ ਸੁਲਤਾਨ ਉਹਨਾਂ ਨੇ ਆਪਣੀਆਂ ਬੰਦੂਕਾਂ ਲਿਆਉਂਦੀਆਂ ਸੀ ਦੁਕਾਨਾਂ, ਆਲਰੇਡੀ ਤੁਸੀਂ ਦੇਖਿਆ ਹੀ ਵੀਡੀਓ ਦੇ ਵਿੱਚ ਚੁੱਕੀਆਂ ਗਈਆਂ ਸੀ, ਸ਼ਾਮ ਜੇ ਦਾ ਟਾਈਮ ਸੀ, ਕੋਈ ਐਡੀ ਖਾਸ ਦੁਕਾਨ ਨਹੀਂ ਹੈਗੀ ਉੱਥੇ, ਉਹ ਮਤਲਬ ਸਾਰੇ ਚੱਕਣ ਦਿਆ ਸੀ ਜਿਹੜੇ ਆਏ ਸੀ, ਮਤਲਬ ਕੀ ਕਹਿ ਦਿੰਦੇ ਉਹਨਾਂ ਨੂੰ, ਹਾਂਜੀ ਪੰਘੂੜੇ ਵੀ ਆਏ ਸੀ, ਉਹ ਵੀ ਚੱਕੇ ਗਿਆ ਸੀ, ਮੈਨੂੰ ਨਾਮ ਜਿਹਾ ਭੁੱਲੀ ਜਾਂਦਾ ਪੰਘੂੜੇ ਕਹਿਣ 'ਚ ਨਾ, ਮੈਂ ਖਿਡੌਣੇ ਸੋਚੀ ਜਾਂਦੀ ਦਿਮਾਗ 'ਚ ਕਿਸੇ ਵੇਲੇ ਇਵੇਂ ਹੋ ਜਾਂਦਾ ਵਾ, ਅਤੇ ਚਲੋ ਕੋਈ ਨਹੀਂ, ਵੈਸੇ ਉਹ ਵੀ ਚੱਕੇ ਗਏ, ਨਹੀਂ ਤਾਂ ਬੱਚਿਆਂ ਨੂੰ ਜ਼ਰੂਰ ਝੂਟਾ ਦਵਾ ਕੇ ਲਿਆਉਣਾ ਸੀ। ਚਲੋ ਕੋਈ ਨਾ, ਅਗਲੀ ਵਾਰ ਸਹੀ, ਕਿਉਂਕਿ ਇਸ ਵਾਰ ਨਾ ਘਰ ਦੇ ਵਿੱਚ ਕੰਮ ਬਹੁਤ ਸੀ, ਅਤੇ ਤਾਂ ਕਰਕੇ ਟਾਈਮ ਨਾਲ ਨਹੀਂ ਜਾਇਆ ਗਿਆ। ਇੱਕ ਸਰਦਾਰ ਜੀ ਵੀ ਭੱਠੇ 'ਤੇ ਹੀ, ਉਹ ਵੀ ਸ਼ਾਮ ਜੀ ਨੂੰ ਆਏ, ਉਹਨਾਂ ਨੂੰ ਵੀ ਕੰਮ ਪਹਿਲਾਂ, ਫਿਰ ਕੰਮ ਜ਼ਰੂਰੀ ਹੈ ਨਾ, ਘਰੇ ਕੰਮ ਚੱਲਦਾ ਹੋਵੇ ਅਤੇ ਫਿਰ ਬਾਹਰ ਕਿੱਦਾਂ ਆਪਾਂ ਇੱਦਾਂ ਜਾ ਸਕਦੇ ਹਾਂ ਘਰ ਦਾ ਕੰਮ ਛੱਡ ਕੇ, ਅਤੇ ਉਹ ਵੀ ਕਿੰਨਾ ਔਖਾ ਹੁੰਦਾ ਵਾ, ਅਤੇ ਸੋ ਕੋਈ ਚੱਕਰ ਹੀ ਨਹੀਂ ਆ, ਆਪਾਂ ਸ਼ਾਮ ਨੂੰ ਮੱਥਾ ਤਾਂ ਟੇਕ ਆਏ ਹਾਂ, ਚਲੋ ਵਾਹਿਗੁਰੂ ਦੇ ਦਰਸ਼ਨ ਦਾ ਕਰ ਆਏ ਹਾਂ। ਅਤੇ ਲਓ ਜੀ, ਰੋਟੀ ਬਣ ਗਈ ਸੀ ਆਪਣੀ, ਅਤੇ ਭਿੰਡੀਆਂ ਦੀ ਸਬਜ਼ੀ ਤਾਂ ਮੈਂ ਤਿਆਰ ਕਰ ਲਈ ਸੀ, ਅਤੇ ਦੇਖ ਇੰਨੀ ਸੋਹਣੀ ਸਮੈਲ ਆਈ, ਅਤੇ ਇੰਨੀ ਜ਼ਿਆਦਾ ਟੇਸਟੀ ਬਣੀ ਨਾ, ਕਿ ਮਤਲਬ ਕੋਈ ਕਹਿਣ ਦੀ ਗੱਲ ਹੀ ਨਹੀਂ ਆ, ਬਹੁਤ ਮਤਲਬ ਭਿੰਡੀਆਂ ਦੇ ਨਾਲ ਇੰਨੀਆਂ ਰੋਟੀਆਂ ਖਾਧੀਆਂ ਗਈਆਂ, ਕੁਝ ਪਤਾ ਨਹੀਂ ਲੱਗਾ।
ਅਤੇ ਸੋ ਆਪਾਂ ਅੱਜ ਵਾਲੇ ਵਲੋਗ ਦਾ ਇੱਥੇ ਹੀ ਐਂਡ ਕਰਦੇ ਹਾਂ। ਆਪਾਂ ਮਿਲਦੇ ਹਾਂ ਨਵੀਂ ਸ਼ੁਰੂਆਤ ਦੇ ਨਾਲ ਅਤੇ ਨਵੇਂ ਵਲੋਗ ਦੇ ਨਾਲ। ਅਤੇ ਸੋ ਸਾਰੇ ਜਣੇ ਪਹਿਲਾਂ ਵਾਂਗੂ ਹੀ ਪਿਆਰ ਦਿਆ ਕਰੋ, ਸਪੋਰਟ ਕਰਿਆ ਕਰੋ ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ। ਅਤੇ ਆਪਾਂ ਮਿਲਦੇ ਹਾਂ ਜੀ ਫਿਰ। ਓਕੇ ਬਾਏ, ਟੇਕ ਕੇਅਰ।